ਨਵੀਨ ਹੈ ਜੀ। ਮੈਨੂੰ 22 ਤਰੀਕ ਨੂੰ ਕਾਲ ਆਈ ਸੀਗੀ ਰਾਤ 7:30 ਵਜੇ, ਜਿਹੜਾ ਆਪਣਾ ਨਾਮ ਕੋਈ ਹੈਰੀ ਚੱਠਾ ਦੱਸ ਰਿਹਾ ਸੀ, ਕਹਿੰਦਾ ਕਿ ਮੈਂ ਹੈਰੀ ਚੱਠਾ ਬੋਲ ਰਿਹਾ ਅਤੇ ਮੈਂ ਤੈਨੂੰ 2 ਦਿਨ ਬਾਅਦ ਕਾਲ ਕਰਾਂਗਾ, ਤੂੰ ਮੇਰੇ 50 ਲੱਖ ਰੁਪਇਆ ਤਿਆਰ ਰੱਖੀ। ਅਤੇ ਗਾਲਾਂ ਕੱਢ ਕੇ ਅਤੇ ਫੋਨ ਕੱਟ ਦਿੱਤਾ। ਅਸੀਂ ਬਹੁਤ ਪਰੇਸ਼ਾਨ ਹੋ ਗਏ, ਮੈਂ ਆਊਟ ਆਫ ਸਟੇਸ਼ਨ ਸੀਗਾ, ਮੈਂ ਘਰ ਆਇਆ, ਮੇਰੀ ਫੈਮਿਲੀ ਬਹੁਤ ਪਰੇਸ਼ਾਨ ਹੋਈ। ਫਿਰ 27 ਤਰੀਕ ਨੂੰ ਮੈਨੂੰ ਫਿਰ ਦੁਬਾਰਾ ਕਾਲ ਆਈ, ਕਹਿੰਦਾ ਤੂੰ ਤੈਨੂੰ ਕੰਮ ਕਿਹਾ ਸੀ ਤੂੰ ਕਰ ਦਿੱਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਬੜੀ ਅਰਜ਼ੀ ਕੀਤੀ ਕਿ ਮੈਂ ਬੜਾ ਛੋਟਾ ਜਿਹਾ ਬੰਦਾ, ਤੁਹਾਨੂੰ ਕੋਈ ਗਲਤ ਫੋਨ ਤੁਸੀਂ ਮੈਨੂੰ ਕਰ ਰਹੇ ਹੋ। ਕਹਿੰਦਾ ਤੂੰ ਪੈਸੇ ਨਹੀਂ ਦੇਣੇ। ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ, ਮੈਂ ਤੁਹਾਨੂੰ ਦੇਵਾਂਗੀ। ਅਤੇ ਮੈਨੂੰ ਕਹਿੰਦਾ, ਫਿਰ ਉਹਨੇ ਗਾਲਾਂ ਕੱਢ ਦਿੱਤੀਆਂ, ਕਹਿੰਦਾ ਕੋਈ ਗੱਲ ਨਹੀਂ, ਅਸੀਂ ਹੁਣ ਫਿਰ ਆਪਣੇ ਹਿਸਾਬ ਨਾਲ ਪੈਸੇ ਲੈ ਲਾਂਗੇ। ਕੱਲ੍ਹ ਰਾਤ ਨੂੰ ਕੋਈ ਅਣਪਛਾਤੇ 3 ਬੰਦੇ ਮੋਟਰਸਾਈਕਲ 'ਤੇ ਆਏ ਨੇ ਅਤੇ ਗੇਟ ਦੇ ਉੱਪਰ ਫਾਇਰਿੰਗ ਕਰਕੇ ਗੋਲੀਆਂ ਮਾਰ ਕੇ ਅਤੇ ਚਲੇ ਗਏ ਨੇ। ਨਹੀਂ, ਮੈਨੂੰ ਵਟਸਐਪ ਕਾਲਿੰਗ ਆਈ ਸੀ। ਹਾਂਜੀ, ਔਰ ਮਤਲਬ ਬਾਹਰ ਦਾ ਹੀ ਨੰਬਰ ਹੁੰਦਾ, +35 ਇਸ ਤਰ੍ਹਾਂ। ਉਹ ਟਰੇਸ ਕੀਤੀ ਪੁਲਿਸ ਨੇ, ਅਤੇ ਪਹਿਲਾਂ ਜਿਹੜੀ ਕਾਲ ਸੀ ਉਹ ਸਾਊਥ ਅਫਰੀਕਾ ਦੀ ਉਹਨਾਂ ਨੇ ਦੱਸੀ ਪੁਲਿਸ ਨੇ, ਔਰ ਜਿਹੜੀ ਸੈਕਿੰਡ ਕਾਲ ਦੱਸੀ ਹੈ ਉਹ ਮੈਨੂੰ ਦੱਸੀ ਕਿ ਆਸਟ੍ਰੇਲੀਆ ਤੋਂ। ਇਟਲੀ? ਉਸ ਤੋਂ ਇਲਾਵਾ ਕਹਿੰਦੇ ਕਿ ਅਸੀਂ ਬਸ ਟਰੇਸ ਕਰ ਰਹੇ ਹਾਂ, ਹਜੇ ਤੱਕ ਟਰੇਸ ਨਹੀਂ ਹੋਇਆ ਕੋਈ। ਕੀ ਲੱਗਦਾ ਕਿਸ ਪਰਿਵਾਰ 'ਚ ਕਿਸ ਤਰ੍ਹਾਂ ਦਾ ਮਾਹੌਲ? ਪਰਿਵਾਰ 'ਚ ਤਾਂ ਬਹੁਤ ਜ਼ਿਆਦਾ ਟੈਂਸ ਹੋਇਆ ਤਾ ਜੀ ਮਾਹੌਲ, ਬੱਚੇ ਰੋ ਰਹੇ ਨੇ। ਕੋਈ ਰਾਤ ਦਾ ਤਾਂ ਅਸੀਂ 1 ਮਿੰਟ ਨਹੀਂ ਸੋ ਕੇ ਦੇਖਿਆ। ਮੇਰੇ ਨਾਲ ਮੇਰੇ ਚਾਚਾ ਹੀ ਨੇ, ਇਹ ਵੀ ਰਾਤ ਸਾਰੀ ਨਹੀਂ ਸੋ ਪਾਏ। ਡਾਇਬਟਿਕ ਪੇਸ਼ੈਂਟ ਨੇ, ਬਹੁਤ ਜ਼ਿਆਦਾ ਦਿੱਕਤ ਹੈ, ਬਹੁਤ ਜ਼ਿਆਦਾ ਪਰੇਸ਼ਾਨੀ, ਔਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਅਸੀਂ ਕਿਸ ਤਰ੍ਹਾਂ ਕਰੀਏ, ਕਿੱਦਾਂ ਆਪਣੇ ਆਪ ਨੂੰ ਸਰਵਾਈਵ ਕਰੀਏ। ਪੁਲਿਸ ਇਹੀ ਕਿ ਸਾਡਾ ਦੇਖਿਆ ਜਾਏ, ਸਾਡੇ ਵੱਲ ਧਿਆਨ ਕੀਤਾ ਜਾਏ, ਉਹ ਜੋ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ। ਜ਼ਿਆਦਾ ਮਤਲਬ ਅਸੀਂ ਡਰ ਗਏ ਹਾਂ, ਬੱਚਿਆਂ ਦੀ ਕੋਈ ਸੇਫਟੀ ਨਹੀਂ ਹੈ, ਔਰ ਅਸੀਂ ਤਾਂ ਜਦੋਂ ਰਾਤੀ ਗੋਲੀਆਂ ਚੱਲੀਆਂ, ਮਤਲਬ ਕਿ ਤੁਸੀਂ ਦੱਸ ਨਹੀਂ ਸਕਦੇ ਸਾਡੀ ਕੀ ਸਿਚੁਏਸ਼ਨ ਸੀਗੀ। ਕਿ ਜਦੋਂ ਫਸਟ ਕਾਲ ਆਈ ਸਭ ਨੇ ਕਿਹਾ ਕਿ ਫੇਕ ਹੋ ਸਕਦਾ, ਕੋਈ ਸ਼ਰਾਰਤ ਹੋ ਸਕਦੀ ਹੈ, ਪਰ ਜਿਸ ਦਿਨ ਸੈਕਿੰਡ ਕਾਲ ਆਈ ਉਸ ਦਿਨ ਵੀ ਸਾਨੂੰ ਬਹੁਤ ਹੀ ਜ਼ਿਆਦਾ ਡਰ ਲੱਗਿਆ। ਰਿਪੋਰਟਸ ਵਗੈਰਾ ਵੀ ਕਰਵਾਈਆਂ, ਬਟ ਉਸ ਤੋਂ ਬਾਅਦ ਵੀ ਜਦੋਂ ਰਾਤੀ ਗੋਲੀਆਂ ਚੱਲੀਆਂ ਉਦੋਂ ਤਾਂ ਮਤਲਬ ਹੁਣ ਸਾਨੂੰ ਕਿਸੇ 'ਤੇ ਟਰੱਸਟ ਹੀ ਨਹੀਂ ਹੈਗਾ ਕਿ ਜੋ ਇੰਨਾ ਵੀ ਕਰ ਸਕਦੇ ਉਹ ਕੁਛ ਵੀ ਕਰ ਸਕਦੇ ਆ। ਅਤੇ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਕਿ ਮੇਰੇ ਹਸਬੈਂਡ ਦੀ ਦੇਵਰ ਹੈ, ਬੇਟਾ ਹੈ, ਸਾਡੀ ਕੀ ਸੇਫਟੀ ਹੈ ਕਿ ਕੋਈ ਵੀ ਇਸ ਤਰ੍ਹਾਂ ਫੋਨ ਕਰੇਗਾ ਕਿ ਪੈਸੇ ਦਿਓ ਪੈਸੇ ਦਿਓ। ਅਤੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਹੈ, ਅਸੀਂ ਕਿਸ ਤਰ੍ਹਾਂ ਆਪਣੀ ਨੋਰਮਲ ਲਾਈਫ ਜੀਵਾਂਗੇ। ਪਰਿਵਾਰ 'ਚ ਤੁਸੀਂ ਦੇਖ ਰਹੇ ਹੋ ਕਿੰਨੀ ਦਹਿਸ਼ਤ ਦਾ ਮਾਹੌਲ ਹੈ, ਛੋਟੇ ਛੋਟੇ ਬੱਚੇ ਆ ਸਾਰੇ। ਅਸੀਂ ਜਦੋਂ ਦੇ ਫੋਨ ਆਉਂਦੇ 2-2 ਦਿਨ ਹੋ ਜਾਂਦੇ, ਨਾ ਸਾਨੂੰ ਨੀਂਦ ਆਉਂਦੀ, ਨਾ ਅਸੀਂ ਖਾਣਾ ਖਾਂਦੇ ਹਾਂ। ਇੰਨੀ ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਅਸੀਂ ਇਹੋ ਜਿਹੀ ਸਿਚੁਏਸ਼ਨ ਲਾਈਫ 'ਚ ਹੀ ਨਹੀਂ ਕਦੀ ਦੇਖੀ ਜੋ ਸਾਡੇ ਨਾਲ ਹੋ ਰਿਹਾ। ਪੁਲਿਸ ਕੋਲ ਅਸੀਂ ਇਹੀ ਡਿਮਾਂਡ ਕਰਦੇ ਕਿ ਤੁਸੀਂ ਟਰੇਸ ਕਰੋ, ਅਗਰ ਇਹੀ ਕੋਈ ਪੋਲੀਟੀਕਲ ਲੈਵਲ 'ਤੇ ਕੋਈ ਬੰਦਾ ਹੁੰਦਾ ਤਾਂ ਉਹਦੇ ਲਈ ਤੁਸੀਂ ਕੁਛ ਨਾ ਕਰ ਪਾਉਂਦੇ ਕਿ ਇੰਨਾ ਸਾਰਾ ਕੁਛ ਰਿਕਾਰਡਿੰਗ ਸੁਣਾਉਣ ਤੋਂ ਬਾਅਦ ਸਾਰਾ ਕੁਛ ਕਹਿੰਦਾ, ਉਹਨਾਂ ਨੂੰ ਕੁਛ ਬੰਦਾ ਹੀ ਨਹੀਂ ਮਿਲ ਰਿਹਾ ਹੈ, ਅਤੇ ਕੋਈ ਲੋਕਲ ਹੀ ਬੰਦਾ ਨਾ ਕਿਹੜਾ ਗੇਟ 'ਤੇ ਆ ਕੇ ਇੰਨੀ ਫਾਇਰਿੰਗ ਹੋਈ ਹੈ ਰਾਤੀ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਬੰਦਾ ਟਰੇਸ ਹੋਏ, ਸਾਨੂੰ ਪਤਾ ਲੱਗੇ ਕਿ ਕੌਣ ਇਸ ਤਰ੍ਹਾਂ ਕਰ ਰਿਹਾ ਹੈ। ਇਸ ਤਰ੍ਹਾਂ ਤਾਂ ਹਰ ਇੱਕ ਨੇ ਅੰਦਰ ਬਾਹਰ ਜਾਣਾ ਹੈ, ਕਦੋਂ ਤੱਕ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਇਹ ਹੈ ਕਿ ਮੇਰੇ ਪਰਿਵਾਰ ਨੂੰ ਸਹੀ ਕਰੋ ਅਤੇ ਮੈਂ ਸਹੀ ਹਾਂ। ਫਿਰ ਮੈਂ ਬਹੁਤ ਦੁਖੀ ਹਾਂ, ਮੈਂ ਰਾਤੀ 3 ਫਾਇਰਿੰਗ 'ਤੇ ਆਪਣੀ ਅੱਖੀ ਸੁਣੀਆਂ, ਅੱਖਾਂ ਦੇ ਨਾਲ ਵੀ ਦੇਖਿਆ ਵੀ ਹੈ ਅਤੇ ਸੁਣਿਆ ਵੀ ਹੈ। ਔਰ ਮੈਂ ਉਸ ਆਪਣੇ ਕੈਮਰੇ 'ਚੋਂ ਵੀ ਸਾਡੇ ਗੇਟ 'ਤੇ ਆ ਕੇ ਕੋਈ ਗੋਲੀਆਂ ਚਲਾ ਰਿਹਾ, ਤੁਸੀਂ ਖੁਦ ਸੋਚ ਸਕਦੇ ਹੋ ਕਿ ਸਿਚੁਏਸ਼ਨ ਹੋਏਗੀ। ਇੰਨੀ ਜ਼ਿਆਦਾ ਆਵਾਜ਼ ਸੀ, ਮੈਨੂੰ ਤਾਂ ਲੱਗਿਆ ਕਿ ਸਾਡੀ ਲੋਬੀ ਵਿੱਚ ਹੀ ਆ ਕੇ ਕੋਈ ਫਾਇਰਿੰਗ ਕਰ ਰਿਹਾ। ਮੈਂ ਫਟਾਫਟ ਆਪਣੇ ਬੇਟੇ ਨੂੰ ਦੇਖਣ ਗਈ ਹਾਂ, ਔਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਮੇਰਾ BP ਡਾਊਨ ਹੋ ਗਿਆ ਕਿ ਮੈਨੂੰ ਤਾਂ ਕੁਛ ਮਤਲਬ ਬੈੱਡ ਤੋਂ ਮੇਰੇ ਕੋਲ ਉੱਠਿਆ ਨਹੀਂ ਜਾ ਰਿਹਾ ਸੀਗਾ ਕਿ ਇਹ ਕੀ ਹੋ ਰਿਹਾ। ਸਭ ਕੁਛ ਸਾਰੀ ਇੰਨੀ ਜ਼ਿਆਦਾ ਆਵਾਜ਼ ਸੀਗੀ ਕਿ ਬਹੁਤ ਹੀ ਜ਼ਿਆਦਾ ਦਹਿਸ਼ਤ ਸੀਗੀ, ਔਰ ਅਸੀਂ ਇਹ ਵਾਲੀ ਕੱਲ੍ਹ ਵਾਲੀ ਟ੍ਰੈਜਡੀ ਤੋਂ ਬਾਅਦ ਬਹੁਤ ਜ਼ਿਆਦਾ ਡਰ ਪੈ ਗਿਆ ਸਾਨੂੰ ਤਾਂ। ਹਾਂਜੀ, ਇਹ ਰਾਤ ਇੱਕ ਸਾਡੇ ਨੋਟਿਸ 'ਚ ਆਈ ਹੈ ਗੱਲ, ਨਵੀਨ ਲੋਥਰਾ ਹੈਗੇ ਆ, ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ 3 ਬੰਦਿਆਂ ਨੇ ਕੀਤੀ ਹੈ। ਉਹਦੇ ਮੁਤਲਕ ਸਾਡੀਆਂ ਟੀਮਾਂ ਅਸੀਂ ਬਣਾਤੀਆਂ, ਉਹਨਾਂ ਦੀ CCTV ਕੈਮਰੇ ਦੀ ਵੀਡੀਓ ਸਾਡੇ ਕਲਿੱਪ ਆ ਗਿਆ, ਉਹਦੇ 'ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ, ਉਹਦੇ ਵੱਲੋਂ ਪਹਿਲੇ ਵੀ ਇੱਕ ਕੰਪਲੇਂਟ ਦਰਜ ਕੀਤੀ ਗਈ ਸੀ? ਹਾਂਜੀ, ਉਹਨਾਂ ਨੂੰ ਪਹਿਲਾਂ ਵੀ ਉਹਨਾਂ ਦੇ ਵੱਲੋਂ ਇੱਕ ਪਰਚਾ ਰਜਿਸਟਰਡ ਆ, ਜਿਹਦੇ ਸੰਬੰਧੀ ਅਸੀਂ ਉਹਨਾਂ ਦੀ ਸਿਕਿਉਰਿਟੀ ਲਈ ਗਨਮੈਨ ਵੀ ਦਿੱਤਾ ਹੈ, ਅਤੇ ਸਾਡਾ ਅਸੀਂ ਪੂਰਾ ਤੁਹਾਡੇ ਮੈਂ ਇੱਕ ਨੋਟਿਸ ਲਿਆ ਤਾ ਵੀ ਟੋਟਲ ਅਸੀਂ 15 ਬੀਟ ਦੇ ਵਿੱਚ ਵੰਡਿਆ ਇਹਨੂੰ ਸ਼ਹਿਰ ਦੇ। PCR ਸਾਡੀ ਰਾਤ ਨੂੰ ਚੱਲਦੀ ਹੈ ਅਤੇ ਨਾਲ +4 ਨਾਕੇ ਸਾਡੇ ਚੱਲਦੇ ਆ। ਕੋਈ ਨਹੀਂ, ਨੋ ਡਾਊਟ, ਜਲਦੀ ਤੋਂ ਜਲਦੀ ਅਸੀਂ ਇਹਨਾਂ ਨੂੰ ਰਾਊਂਡ ਅਪ ਕਰਾਂਗੇ।